ਹੁਸ਼ਿਆਰੀ ਆਉਂਦੀ ਨਾ ਉਹ ਵੀ 1 ਟਾਈਪ ਕਰੋ, ਜਿਹਨੂੰ ਬਿਲਕੁਲ ਨਹੀਂ ਆਉਂਦੀ ਉਹ 2 ਟਾਈਪ ਕਰੋ। ਤੇ ਲੋਕੀ ਨਾ ਕਿਉਂਕਿ ਮੇਰੀਆਂ ਗੱਲਾਂ ਵਿੱਚ ਬਹੁਤ ਇੰਟਰਸਟ ਲੈਂਦੇ ਨੇ। ਅੱਛਾ, ਤੇਰਾ ਵੀ ਖੜਾ ਹੁੰਦਾ, ਇਹਦਾ ਮਤਲਬ ਤੇਰਾ ਨਹੀਂ ਹੁੰਦਾ, ਤੂੰ ਸਾਲਿਆ ਥੋੜੀ ਮਾਰਿਆ ਕਰ, ਤੇਰਾ ਉੱਠਣਾ ਹੀ ਬੰਦ ਹੋਵੇ। ਆਹੋ, ਹੋਰ ਕੀ, ਜਦੋਂ ਇੰਨੀ ਮਾਰੋ ਤੇ ਫਿਰ ਇੱਕ ਦਿਨ ਉਹਨੇ ਸਾਥ ਛੱਡ ਹੀ ਦੇਣਾ, ਥੋੜਾ ਹੋਲਾ ਹੱਥ ਰੱਖਿਆ ਕਰ। ਤੂੰ ਤਾਂ ਗਿਣ ਆਪਾਂ ਨਾਲ ਲੱਗਿਆ ਤੇ ਮੈਨੂੰ ਲਾਹ ਕੇ ਪੱਟ ਕੇ ਪਰੇ ਮਾਰਾ ਹੁੰਦਾ ਪਾਗਲ। ਹਫ਼ਤੇ ਵਿੱਚ ਨਹੀਂ, ਤੁਸੀਂ ਨਾ ਪਤਾ ਕੀ ਕਰਿਆ ਕਰੋ, 15-20 ਦਿਨ ਇੱਕ ਵਾਰੀ। ਉਹ ਕਹਿੰਦੇ, ਮੈਂ ਸੁਣਿਆ ਕਿ 10-15 ਦਿਨ 'ਚ ਆਪੇ ਹੀ ਉਹ ਸ਼ੈਤਾਨ ਸ਼ਤੂਨ ਪੈ ਜਾਂਦਾ। ਇਹ ਸ਼ੈਤਾਨ ਸਾਰਿਆਂ ਬੰਦਿਆਂ ਨੂੰ ਕਿਉਂ ਪੈਂਦਾ ਪਤਾ ਤੁਹਾਨੂੰ ਇਸ ਗੱਲ ਦਾ? ਸ਼ੈਤਾਨ ਤੁਹਾਡੇ 'ਤੇ ਹਮਲਾ ਕਿਉਂ ਕਰਦਾ ਇਸ ਗੱਲ ਦਾ ਤੁਹਾਨੂੰ ਕਦੀ ਕਿਸੇ ਨੇ ਦੱਸਿਆ? ਅੱਜ ਮੈਂ ਦੱਸਾਂ ਤੁਹਾਨੂੰ, ਮੈਂ ਦੱਸਾਂ ਸੀਕਰਟ ਆ, ਖਬਰਦਾਰ ਜੀ ਕਿਸੇ ਸੁੱਕੜੀ ਨੇ ਬਹਿ ਕੇ ਥੱਲੇ ਸੁਣ ਲਿਆ। ਕੁੜੀਆਂ ਕਿੰਨੀਆਂ ਬੈਠੀਆਂ, ਉਹ ਵੀ 1 ਟਾਈਪ ਕਰੋ, ਮੁੰਡੇ ਨੇ ਮੁੰਡੇ ਹੁਣ ਨਹੀਂ ਟਾਈਪ ਕਰਨਗੇ। ਕੁੜੀਆਂ ਬੈਠੀਆਂ ਤਾਂ ਤੁਸੀਂ ਸਾਈਡ 'ਤੇ ਹੋ ਜਾਓ, ਓਕੇ? ਕੁੜੀਆਂ ਬੈਠੀਆਂ ਕੁੜੀਆਂ ਹੋਣੀਆਂ ਹੀ ਨਹੀਂ ਨਾ, ਉਹ ਬਸ ਜਦੋਂ ਗਿਫਟਿੰਗ ਸ਼ਿਫਟਿੰਗ ਹੋ ਰਹੀ, ਗਿਫਟ ਘੇਰਨੇ ਹੁਣ ਉਦੋਂ ਹੀ ਆਉਂਦੀਆਂ ਨੇ। ਬਟ ਕਾਫੀ ਕੁੜੀਆਂ ਮੈਨੂੰ ਲਾਈਕ ਵੀ ਕਰਦੀਆਂ ਨੇ, ਮੈਂ ਸਾਰੀਆਂ ਨੂੰ ਗਲਤ ਵੀ ਨਹੀਂ ਕਹਿ ਸਕਦੀ, ਮੇਰੀ ਗਿਫਟਰਾਂ ਵੀ ਨਹੀਂ ਕੁੜੀਆਂ, ਹੈ ਨਾ? ਅਤੇ ਬੰਦਿਆਂ ਦੀ ਗੱਲ ਦੱਸਾਂ ਤੁਹਾਨੂੰ, 15-12 ਦਿਨ ਬਾਅਦ ਸ਼ੈਤਾਨ ਪਤਾ ਕਿਉਂ ਪੈਂਦਾ ਦੱਸਦਿਆਂ? ਬੋਏਫ੍ਰੈਂਡ ਬਣਾਓਗੀ ਤੇ ਇਹਨੂੰ ਬਣਾਵਾਂ, ਇੱਕ ਸ਼ੇਰ ਮਾਰ ਮੈਂ ਹੁਣੇ ਬਣਾ ਲਾਂਗੀ, ਸ਼ੇਰ ਮਾਰ ਫਿਰ ਅੱਗੇ ਗੱਡੀ ਚਲਾਈ ਥੋੜ੍ਹੀ ਜਿਹੀ, ਜਿਹੜਾ ਟੋਪਿਕ ਚੱਲ ਰਿਹਾ ਉਹਨੂੰ ਤਾਂ ਪੂਰਾ ਹੋ ਜਾਣਾ ਦੇ ਮਰੇ। ਬੋਏਫ੍ਰੈਂਡ ਬਣਾਓਗੀ, ਬੋਏਫ੍ਰੈਂਡ ਦੀ ਮੈਂ ਕੋਡੇ ਕਰਕੇ ਬੁੰਡ ਲੈਣੀ ਆ, ਇਹ ਮੈਂ ਦੱਸ ਦਿਆ ਨਾ ਸਮਝੀ ਕਿ ਤੂੰ ਮੈਨੂੰ ਗਿਆ ਕਿ ਤੈ ਲਾਏਗਾ, ਮੈਂ ਵੀ ਲਾ ਲੈਂਦੀ ਹਾਂ, ਮੇਰਾ ਖੜਾ ਹੁੰਦਾ ਕਾਬਲ ਨਹੀਂ ਮੈਂ ਛੱਡਣਾ ਬਾਅਦ ਵਿੱਚ। ਮੈਂ ਸ਼ੇਰ ਮਾਰ, ਹੈ ਤੇਰੇ ਟਟਿਆਂ 'ਚ ਦਮ ਤੇ ਮਾਰ ਲਾ, ਹੈ ਤੁਮੇ ਦਮ ਇੱਦਾਂ ਕਿ ਤੂੰ ਸ਼ੇਰ ਮਾਰੋਗੇ, ਤੂੰ ਸ਼ੇਰ ਮਾਰ ਕੇ ਮੈਨੂੰ ਫਸਾਉਣ ਦੀ ਤਾਕਤ ਰੱਖਣਾ, ਤੁਮੇ ਵਿਟਾਮਿਨ ਈ ਕੀ ਕਮੀ ਹੈ, ਵਿਟਾਮਿਨ ਸੀ ਕੀ ਕਮੀ ਪਾਗਲ ਲੜਕੇ, ਉਸਕੇ ਲੀਏ ਆਈ ਨੋ ਟਾਟੋ ਮੇ ਦਮ ਹੋਣਾ ਜ਼ਰੂਰੀ ਹੈ, ਆਪਕੀ ਜੇਬ ਮੇ ਪੈਸਾ ਹੋਣਾ ਜ਼ਰੂਰੀ ਹੈ, ਆਪਕੀ ਆਪਣੀ ਜੋਬ ਹੋਣਾ ਜ਼ਰੂਰੀ ਹੈ, ਮਤਲਬ ਆਪਣਾ ਕੰਮ ਹੋਣਾ ਜ਼ਰੂਰੀ ਹੈ। ਮੈਂ ਜੋਬ ਵਾਲੇ ਬੰਦੇ ਨਹੀਂ ਫਸਾਤੀ ਵੈਸੇ ਵੀ, ਜੋਬ ਵਾਲੇ ਬੰਦਿਆਂ ਦੀ ਬੜੀਆਂ ਮਜਬੂਰੀਆਂ ਹੋਤੀਆਂ ਨਾ, ਉਹ ਵਿਚਾਰੇ 1 ਲੱਖ ਰੁਪਇਆ 2 ਲੱਖ ਮੰਗ ਲਓ, ਉਹ ਸੈਲਰੀ ਪਰ ਡਿਪੈਂਡ ਹੋ ਜਾਂਦਾ ਹੈ, ਡੇਟ ਫਿਕਸ ਕਰਨੀ ਪੜ ਜਾਂਦੀ ਹੈ ਨਾ, ਆਪਣਾ ਕੰਮ ਕਾਰੋਬਾਰ ਕਰਦਾ ਹੋਵੇ ਵਿਚਾਰਾ ਦਸਤੀ ਕਹਿ ਸਕਦਾ ਹਾਂ ਬਾਈ ਬੈਂਕ ਅਕਾਊਂਟ ਭੇਜਿਆ ਜ਼ਰਾ, ਇਸ ਲਈ ਮੈਂ ਸੈਲਰੀ ਵਾਲੇ ਬੰਦੇ ਨਹੀਂ ਪਸਾਰਦੀ, ਸੋਰੀ। ਲੋਕਾਂ ਦੀਆਂ ਗੱਲਾਂ ਹੈ ਨਾ, ਗੱਲ ਸਹੀ ਕਰ ਰਹੀ ਹਾਂ ਕਿ ਨਹੀਂ? ਫਿਰ ਐਂ ਵਿਚਾਰਾ ਬਾਅਦ ਵਿੱਚ ਮੈਨੂੰ ਵਾਧੂ ਮਾਵਾਂ ਦਿੰਦਾ ਹੋਵੇ, ਮੇਰਾ 1 ਲੱਖ ਰੁਪਇਆ ਲੈ ਗਈ, ਮੇਰੇ 2 ਲੱਖ ਲੈ ਗਏ, ਤੇਰੀ ਦੀ ਭੈਣ ਦਾ ਖੁਦਾ ਲੋਲ ਲੈਣੀ, ਬਾਅਦ ਦੇ ਵਿੱਚ ਗਾਣਾ ਕਿਹੜਾ ਤੇਰੀ ਵੀ ਭੈਣ ਦੇ ਖੁਦੇ ਲੋਏ ਬੰਦੇ ਪਤਾ ਬਾਅਦ 'ਚ ਬਾਦੂਆਵਾਂ ਕਰਦੇ ਨੇ, ਜਿਹੜਾ ਕਿਸੇ ਨੂੰ ਕੁਛ ਦੇ ਨਹੀਂ ਸਕਦੇ, ਮਤਲਬ ਆਪਣੀ ਮਰਜ਼ੀ ਹੁੰਦੀ ਹੈ, ਕੋਈ ਕਿਸੇ ਦੇ ਘਰੋਂ ਤਾਂ ਨਹੀਂ ਕੱਢ ਕੇ ਲੈ ਕੇ ਆਉਂਦਾ ਨਾ, ਮਤਲਬ ਬੋਏਫ੍ਰੈਂਡ ਗਰਲਫ੍ਰੈਂਡ 'ਚ ਨਾ ਪੈਸਾ ਅਫੋਰਡ ਕਰਨਾ ਆਈ ਨੋ ਬਹੁਤ ਮੁਸ਼ਕਿਲ ਹੋ ਜਾਂਦਾ ਥੋੜ੍ਹਾ ਸਾ। ਅਤੇ ਜਿਹੜੇ ਆਪਣੇ ਬੰਦੇ ਨੇ, ਫਿਰ ਆਪਣਾ ਕਾਰੋਬਾਰ ਕਰਨ ਵਾਲਾ ਬੰਦਾ ਪਤਾ ਕੀ ਮਸ਼ੂਕ ਨੂੰ ਖੁਸ਼ ਰੱਖ ਸਕਦਾ, ਗਲਤ ਕਹਿ ਰਹੀ ਹਾਂ? ਜਿਹੜਾ ਵਿਚਾਰਾ ਨੇ 1-1 ਰੁਪਇਆ ਆਪਣੀ ਮਿਹਨਤ ਕਰਕੇ ਜੋੜਿਆ ਹੋਏਗਾ, ਉਹ ਬਿਨਾਂ ਲੋਸ ਚਲਾ ਜਾਵੇ, ਉਹ ਮੁੱਠ ਵੀ ਨਾ ਮਰਾਏ, ਕੁਛ ਵੀ ਨਾ ਕਰੇ, ਸਿਰਫ ਗੱਲਾਂ ਹੀ ਕਰਦੀ ਰਹੇ, ਹਾਂ ਮੈਂ 2 ਘੰਟੇ ਦੇ ਰਹੀ ਹਾਂ ਗੱਲ ਕਰਕੇ, 2.5 ਘੰਟੇ ਦੇ ਦੂੰਗੀ, ਥੋੜ੍ਹਾ ਜਿਹਾ ਫੀਲ ਹੁੰਦਾ ਹੈ। ਬਟ ਉਸਨੇ ਇਹ ਵੀ ਦੇਖਾ ਹੁੰਦਾ, ਯਾਰ ਅਸੀਂ ਰਾਤਾਂ ਨੂੰ ਜਾ ਕੇ ਗੱਲਾਂ ਵੀ ਤਾਂ ਕੀਤੀਆਂ ਸੀ, 4 ਵਜੇ ਤੱਕ ਬਾਤੇਂ ਵੀ ਤਾਂ ਕਰਦੇ ਰਹੇ ਥੇ, ਸੁਬਹ ਕੇ 6 ਵੀ ਤਾਂ ਵਜੂ ਇੱਥੇ ਮੇਰੀ ਜਾਨ।
ਅਗਰ ਜੇ ਤੂੰ ਮੈਨੂੰ 2.5 ਲੱਖ ਦੇ ਵੀ ਦਿੱਤਾ ਤਾਂ ਹੁਣ ਕਾਹਨੂੰ ਤੈਨੂੰ ਤਕਲੀਫ ਹੋ ਰਹੀ ਹੈ। ਹੁਣ ਜਿਹੜਾ ਇੱਕ ਵਾਰੀ ਚਲਾ ਗਿਆ ਹੁਣ ਵਾਪਸ ਕਦੀ ਦਿੰਦਾ ਕੋਈ? ਫਿਰ ਇਹ ਹਿਸਾਬ ਹੋ ਜਾਂਦਾ ਹੈ। ਤੇ ਜਿਹੜਾ ਬੰਦਾ ਆਪਣਾ ਕਾਰੋਬਾਰੀ ਹੈ ਉਹਦਾ ਪਤਾ ਕੀ ਜ਼ਹਿਨ ਹੁੰਦਾ, ਉਹਨੇ ਹੁਣ 1 ਲੱਖ ਰੁਪਇਆ ਟ੍ਰਾਂਸਫਰ ਕਰਤਾ, 2 ਲੱਖ ਵੀ ਦੇ ਦਿੱਤਾ, ਉਹਦੀ ਇਹ ਸੋਚ ਹੋਣੀ ਯਾਰ ਐਵੇਂ ਸਮਝਾਂਗੇ ਅੱਜ ਦਿਹਾੜੀ ਨਹੀਂ ਲੱਗੀ, ਉਹਨੇ ਇਹ ਕਹਿਣਾ ਅੱਜ ਹੀ ਆਪ ਚਲਾ ਗਿਆ ਅੱਜ ਐਵੇਂ ਸਮਝਾਂਗੇ ਯਾਰ ਦਿਹਾੜੀ ਨਹੀਂ ਲੱਗੀ। ਜਿਹਦਾ ਕੋਈ ਆਪਣਾ ਸ਼ੋਰੂਮ ਹੋਏਗਾ ਜਾਂ ਆਪਣਾ ਕਾਰੋਬਾਰ ਹੋਏਗਾ ਨਾ, ਉਹ ਕਹੇਗਾ ਇੱਕ ਦਿਹਾੜੀ ਜੀ ਆ ਤੇ ਚਲੇ ਗਈ ਤੇ ਕੀ ਹੋ ਗਿਆ, ਉਹ ਇਹ ਸੋਚ ਰੱਖੇਗਾ। ਉਹ ਅਗਲੀ ਕੁੜੀ ਨੂੰ ਕਦੀ ਵੀ ਨਹੀਂ, ਆ ਕੁੜੀਆਂ ਦੀ ਵੀਡੀਓ ਵਾਇਰਲ ਹੈ, ਗੰਦੇ ਕੰਮ ਅੱਛੇ ਦੋਸਤ ਵੀ ਬਣ ਸਕਦੇ ਨੇ ਕੁੜੀ ਮੁੰਡਾ, ਪਤਾ ਕੀ ਸਿਰਫ ਗੱਲਾਂ 'ਚ। ਜੋ ਤੁਸੀਂ ਅਗਲੇ ਨੂੰ ਗਲਤ ਕਰੋਗੇ ਉਹ ਤੁਹਾਡੇ ਨਾਲ ਗਲਤ ਕਰੇਗਾ, ਫਿਰ ਬਾਜ਼ੂ ਕਾ ਉੱਥੇ ਸੈਲਰੀਆਂ ਵਾਲੇ ਨੇ ਜਿਹੜੇ ਉਹ ਮੋਬਾਈਲ ਸੈਕਸ ਕਰਦੇ ਨੇ, ਫਿਰ ਉਹ ਇੰਨਾ ਪੈਸਾ ਖਵਾ ਚੁੱਕੇ ਹੁੰਦੇ ਨੇ ਕਿ ਬਸ ਉਹ ਕੁੜੀ ਕੋਲੋਂ ਬਾਅਦ ਚੁੱਕੇ ਹੈਗਾ ਤੂੰ ਮਰਾ, ਉਹਨੇ ਕਹਿਣਾ ਡਾਇਮੰਡ ਵਾਲਾ, ਉਹਨੇ ਕਹਿਣਾ ਮੈਂ ਨਹੀਂ ਦੇਣੇ, ਉਹ ਫਿਰ ਕੁੜੀਆਂ ਨੂੰ ਬਲੈਕਮੇਲ ਕਰਦੇ ਨੇ, ਫਿਰ ਜਦੋਂ ਬਲੈਕਮੇਲ 'ਚ ਕੁਛ ਨਹੀਂ ਬਣਦਾ ਫਿਰ ਉਹਦੀ ਇੱਜ਼ਤ ਖਰਾਬ ਕਰ ਦਿੰਦੇ ਨੇ। ਇਸ ਤੋਂ ਚੰਗਾ ਤੁਸੀਂ ਮੁੱਠਾ ਮਰਾਓ ਹੀ ਨਾ ਭਾਈ, ਇਸ ਤੋਂ ਪਹਿਲੇ ਹੀ ਕਹਿ ਦਿਓ ਕਿ ਭਾਈ ਮੈਂ 2 ਘੰਟੇ ਦੇ ਸਕਤੀ ਹੂੰ, 2.5 ਘੰਟੇ ਵੀ ਬਾਤ ਕਰ ਸਕਤੀ ਹੂੰ, ਕਾਲਿੰਗ ਠੀਕ ਆ, ਹੈ ਨਾ, ਸਹੀ ਕਹਿੰਦੀ ਆ ਕਿ ਨਹੀਂ ਕਹਿ ਰਹੀ, 1 ਟੈਪ ਕਰੋ ਸਹੀ ਕਹਿ ਰਹੀ ਹੋ ਤੋ। ਅਤੇ ਬੰਦਾ ਪਤਾ ਕਿ ਪਹਿਲੇ ਸਿੰਸੇਅਰ ਹੋ ਜਾਵੇ, ਜੋ ਦੋਸਤੀ 'ਚ ਮਜ਼ਾ ਹੈ ਨਾ ਉਹ ਮੈਂ ਸੱਚੀ ਕਹਿ ਰਹੀ ਹਾਂ ਕਿ ਤੈਨ ਲਾਉਣ 'ਚ ਵੀ ਨਹੀਂ ਮਜ਼ਾ ਅਤੇ ਮੋਬਾਈਲ ਸੈਕਸ 'ਚ ਵੀ ਨਹੀਂ। ਦੋਸਤੀ ਅੱਛੀ ਚੀਜ਼ ਹੈ, ਦੋਸਤ ਬਹੁਤ ਹੀ ਅੱਛੇ ਅਜ਼ੀਜ਼ ਹੋ ਜਾਂਦੇ ਨੇ, ਕੁਛ ਲੋਕ ਨਸਲੀ ਮਿਲ ਜਾਂਦੇ ਨੇ, ਕੁਛ ਲੋਕ ਜਿਹੜੇ ਬੇਨਸਲੀ ਨਾ ਆਪਣੀ ਔਕਾਤ ਬਹੁਤ ਜਲਦੀ ਵਿਖਾ ਦਿੰਦੇ। ਹਾਂ, ਅਤੇ ਆਪਣੇ ਕਾਰੋਬਾਰੀ ਬੰਦਾ ਜਿਹੜਾ ਹੋਵੇ ਨਾ ਉਹ ਹੱਸ ਹੱਸ ਕੇ ਪੈਸੇ ਦੇ ਦਿੰਦਾ, ਉਹ ਦੁਬਾਰਾ ਜਿਤਾਏਗਾ ਨਹੀਂ ਤੁਹਾਨੂੰ। ਇੱਕ ਵਾਰੀ ਉਹਨੇ ਸ਼ਾਇਦ ਦੇ ਦਿੱਤੀ ਨਾ ਨਸਲੀ ਬੰਦੇ ਨੇ, ਉਹਨੇ ਦੁਬਾਰਾ ਜਿਤਾਉਣਾ ਨਹੀਂ, ਭਾਵੇਂ ਉਹ 5 ਲੱਖ ਦੀ ਵੀ ਹੋਏਗੀ। ਜਿਹੜਾ ਬੇਨਸਲਾ ਹੋਏਗਾ ਨਾ, ਮਾੜਾ ਜਿਹਾ ਉਹਦਾ ਫੋਨ ਨਾ ਚੁੱਕੋ ਨਾ, ਇੱਕ ਤਾਂ ਬਲੋਕ ਹੀ ਕਰ ਦਿਓ ਲੜਾਈ ਕਰਕੇ, ਤੇ ਕਹੇਗਾ ਮੇਰਾ 5 ਲੱਖ ਤੋਂ ਸਾਡਾ ਵਾਪਸ ਗਾ, ਭੈਣ ਕੇ ਵੀ ਤੈਨੂੰ ਉਹ ਨਹੀਂ ਦਿੱਤਾ, ਭੈਣ ਚੋਦੇ ਵੀ ਤੈਨੂੰ ਉਹ ਨਹੀਂ ਦਿੱਤਾ। ਇਹ ਬੰਦਿਆਂ ਦੀ ਫਿਤਰਤ ਦੱਸ ਰਹੀ ਆ, ਜਿਹੜੇ ਨਸਲੀ ਬੰਦੇ ਤੇ ਅਗਲੇ ਨਾਲ ਪਾਓ ਹੀ ਦੋਸਤੀ, ਅਗਲਾ ਤੁਹਾਨੂੰ ਤਾਨਾ ਹੀ ਨਾ ਦੇ ਸਕੇ, ਉਹਨੂੰ ਕਹੇ ਕਿ ਭਾਈ ਨਾ ਮੈਂ ਤੇਰੇ ਨਾਲ ਕੁਛ ਲਿਆ ਨਾ ਦਿੱਤਾ, ਜਸਟ ਦੋਸਤ ਸੀ ਨਾ, ਤੇ ਅਗਲੇ ਕੋਲ ਉਹਨਾਂ ਨਹੀਂ ਲੋਕ ਜਿੰਨਾ ਬਰਦਾਸ਼ਤ ਕਰ ਸਕੇ। ਤੁਸੀਂ ਹੁੰਦੇ ਸੈਲਰੀਆਂ ਤੇ ਸੇ ਇਸ਼ਕ ਮਸ਼ੂਕੀਆਂ ਕਰ ਲੈਂਦੇ ਜੇ, ਫਿਰ ਕੁੜੀਆਂ ਨੂੰ ਬਲੈਕਮੇਲ ਕਰਦੇ ਜੇ, ਤੁਹਾਡੀ ਗੁੰਡ ਭਾਰਾ ਨਹੀਂ ਚੁੱਕਦੀ, ਡਾਇਮੰਡ 2 ਲੱਖ ਮਾਰਦੇ, ਤੁਸੀਂ ਕਿਉਂ ਮਾਰਦੇ ਜੇ ਅਗਲੀਆਂ ਫਿਰ ਮਾਰ ਲੈਂਦੇ ਜੇ, ਫਿਰ ਅਗਲੀਆਂ ਦੀ ਵੀਡੀਓ ਵਾਇਰਲ, ਫਿਰ ਬਲੈਕਮੇਲ ਕਰ ਦਿੰਦੇ ਜੇ, ਅਗਲੀ ਦੀ ਜਲੀਲਤ ਕਰ ਦਿੰਦੇ ਜੇ, ਤੁਹਾਡਾ ਤਾਂ ਮਜ਼ਾਕ ਬਣ ਜਾਂਦਾ, ਅਗਲੀ ਦੀ ਜ਼ਿੰਦਗੀ ਤਬਾਹ ਹੋ ਜਾਂਦੀ, ਪਤਾ ਤੁਹਾਨੂੰ ਗੱਲ ਗਲਤ ਹੈ। ਹਰ ਕੁੜੀ ਦੀ ਇੱਜ਼ਤ ਹੈ, ਮੈਂ ਕੁੜੀਆਂ ਨੂੰ ਵੇਖਿਆ ਵੀ ਹੈ, ਕਾਫੀ ਬਾਜ਼ੂਕਾਂ 'ਤੇ ਗੁੱਸਾ ਆ ਜਾਂਦਾ, ਪਰ ਗੁੱਸਾ ਕੀ ਕਰੀਏ ਯਾਰ, ਨਹੀਂ ਕਰਨਾ ਚਾਹੀਦਾ ਨਾ। ਇੱਕ ਕੁੜੀ ਨਾਲ ਹੋ ਗਿਆ, ਮੁੜ ਕੇ ਕੱਲ੍ਹ ਫਿਰ ਵੀਡੀਓ ਆਈ ਹੁੰਦੀ, ਸਮਝ ਨਹੀਂ ਆਉਂਦੀ ਅਸੀਂ ਕੀ ਕਰੀਏ। ਇੱਕ ਨੂੰ ਵੇਖ ਲਿਆ, ਉਹਦੇ ਹਾਲਾਤ ਵਿਹਲੇ ਨਾ ਕਰੋ, ਕੱਲ੍ਹ ਨੂੰ ਬੱਚੇ ਜੰਮਣਗੇ, ਤੁਹਾਡੀਆਂ ਵੀਡੀਓ ਉਹ ਵੇਖੇ, ਤੁਹਾਡਾ ਮੁੰਡਾ ਵੇਖੇ, ਤੁਹਾਡਾ ਖਸਮ ਵੇਖੇ, ਕੀ ਆਖਿਰਕਾਰ ਤਾਂ ਕੁੜੀ ਨੇ ਕਦੀ ਤਾਂ ਤੋਬਾ ਕਰਨੀ ਹੈ। ਮੇਰਾ ਮਾਇੰਡ ਹੈ ਅਲਹਮਦੁਲਿਲਾ, ਮੈਂ ਨਮਾਜ਼ਾਂ ਵੀ ਪੜ੍ਹਨੀਆਂ, ਹਦੀਸ 'ਚ ਮੈਂ ਬਹੁਤ ਜ਼ਿਆਦਾ ਲੰਬੀ ਬਹੁਤ ਸੋਚ ਰੱਖਦੀ ਹਾਂ, ਮੇਰਾ ਕਦੀ ਨਾ ਕਦੀ ਮੈਂ ਦੀ ਐਂਡ ਕਰਨਾ, ਨਰਗਸ ਵਾਲੀ ਕਰ ਮੈਂ ਵੀ ਇੱਕ ਦਿਨ ਹਾਜਣਾ ਹੋ, ਮੇਰੀ ਇਹੀ ਸੋਚ ਹੈ, ਮੈਂ ਤੋਬਾ ਕਰਨੀ, ਮੈਂ ਵਿਆਹ ਅਲਹਮਦੁਲਿਲਾ, ਮੈਂ ਨਮਾਜ਼ ਜਦੋਂ ਪੜ੍ਹਦੀ ਹਾਂ 5 ਵਕਤ ਦੀ ਨਮਾਜ਼ ਪੜ੍ਹਨੀ, ਉੱਠ ਉੱਠ ਕੇ ਤੱਜਤ ਵੀ ਪੜ੍ਹਾਂਗੀ, ਪਰ ਆਖਿਰਕਾਰ ਇੱਕ ਬੰਦੇ ਦਾ ਦੀ ਐਂਡ ਹੁੰਦਾ ਹੈ ਨਾ, ਫਿਰ ਦੀ ਐਂਡ ਕਿੱਥੇ ਕਰੀਏ ਦੱਸੋ।
ਫਿਰ ਤੁਸੀਂ ਅੱਗੋਂ ਝੂਆਂ ਵੀ ਨਹੀਂ ਲਾਉਂਦੀਆਂ ਜਦੋਂ ਵੀਡੀਓ ਬਣਦੀ ਤੇ ਉਹ ਤਾਂ ਲਾ ਲਿਆ ਕਰੋ ਨਾ ਵੀ ਵੀਡੀਓ ਤੇ ਤੁਸੀਂ ਵਿਖਾਉਣਾ ਹੋਵੇ ਬੰਦੇ ਨੂੰ ਹਫਤੇ 'ਚ ਇੱਕ ਵਾਰੀ ਕਲੀਨ ਕਰ ਲੈਣਾ ਚਾਹੀਦਾ 10 ਦਿਨ ਬਾਅਦ ਪਤਾ ਹਦੀਸ 'ਚ ਕਹਿੰਦੇ ਨੇ ਕਿ ਔਰਤ ਦਾ ਇੰਨਾ ਚਾਵਲ ਜਿੰਨਾ ਦਾਣੇ ਜਿੰਨਾ ਵਾਲ ਆ ਜਿੰਨਾ ਔਰਤ ਆਰਾਮ ਹੈ ਤੁਸੀਂ ਸਾਲੀਆਂ ਐਡੇ ਐਡੇ ਖੇਤ ਵਧਾ ਕੇ ਰੱਖੇ ਤੁਸੀਂ ਇੰਨੇ ਇੰਨੇ ਖੇਤ ਵਧਾ ਕੇ ਰੱਖੇ ਹੁੰਦੇ ਥੱਲੇ ਉਹ ਮਰੋ ਲਵਾਲ ਤਾਂ ਲਾ ਲਿਆ ਕਰੋ ਫਿਰ ਮੇਰੇ ਵਰਗਾ ਕੋਈ ਬੰਦਾ ਵੀਡੀਓ ਵੇਖ ਕੇ ਚੱਸ ਲੈ ਰਿਹਾ ਹੁੰਦਾ ਤੇ ਬੇਮਜ਼ਾ ਜੇ ਵਾਹ ਸੋਰੀ ਯਾਰ ਅਗਰ ਕਿਸੇ ਨੇ ਮੇਰੀ ਗੱਲ ਦਾ ਮਾਇੰਡ ਲੱਗ ਰਿਹਾ ਆਪਾਂ ਇੰਟਰਟੇਨ ਆਪਾਂ ਜੁਗਤਰੀਆਂ 'ਚ ਗੱਲ ਕਰ ਰਹੇ ਨਾ ਅੱਜ ਲੋਕ ਹੋਈ ਬਗੈਰਤ ਗਏ ਨੇ ਬਹੁਤਿਆਂ ਜੁਗਤੀਆਂ ਹੀ ਮਾਰਨ ਲੱਗ ਗਏ ਆਪਾਂ ਕਿਸੇ ਦਾ ਨਾਂ ਤਾਂ ਨਹੀਂ ਲਿਆ ਨਾ ਕਿਸੇ ਦੀ ਦਿਲ ਆਜ਼ਾਰੀ ਤਾਂ ਨਹੀਂ ਕੀਤੀ ਨਾ ਯਾਰ ਗੱਲ ਮੈਂ ਗਲਤ ਕੀਤੀ ਹੈ ਦੋਸਤ ਬਣਾ ਲਓ ਗਲਤ ਕੰਮਾਂ 'ਚ ਕੁਛ ਨਹੀਂ ਪਿਆ ਨਾ ਮੈਂ ਗਲਤ ਗੱਲ ਤਾਂ ਨਹੀਂ ਕਰਦੀ ਮੂੰਹ ਮੰਗ ਲਓ ਪਰ ਡਿਮਾਂਡ ਕਰਕੇ ਕੱਪੜੇ ਨਾ ਲਾਓ ਸਹੀ ਕਹਿ ਰਹੀਆਂ ਕਿ ਨਹੀਂ ਬੰਦਾ ਮੂੰਹ ਮੰਗ ਕਿਤੇ ਵੇਖੇ ਇੱਕ ਵਾਰੀ ਜਿਹੜਾ ਤੁਹਾਡੇ ਨਾਲ ਪਿਆਰ ਕਰਦਾ ਹੋਏਗਾ ਨਾ ਉਵੇਂ ਹੀ ਮਾਰ ਦੇਗਾ ਉੱਲਾ ਨੇ ਲੈਣੀ ਤੇਰੇ ਜ਼ਰੂਰ ਮੰਮੇ ਵੇਖ ਕੇ ਮਾਰਨਾ ਦੱਸ ਜਿਹੜੇ ਪੈਸੇ ਲਾ ਕੇ ਕੱਪੜੇ ਲਾਉਂਦੇ ਨੇ ਨਾ ਉਹ ਕਦੇ ਵੀ ਕਿਸੇ ਦੇ ਨਹੀਂ ਬਣਦੇ ਗੱਲ ਯਾਦ ਰੱਖਣਾ ਉਹ ਕਿਤੇ ਨਾ ਕਿਤੇ ਉਹਨਾਂ ਦੀ ਆਪਣੀਆਂ ਵੀ ਨੰਗੀਆਂ ਹੋ ਜਾਂਦੀਆਂ ਨੇ ਫਿਰ ਵੀ ਨਹੀਂ ਬਾਜ਼ ਆਉਂਦੇ ਆਹੋ ਮੈਂ ਤਾਂ ਵਿਚਾਰਿਆਂ ਕੋਲ ਮੂੰਹ ਮੰਗ ਲਾਂ ਤੇ ਮੈਨੂੰ ਮਾਰ ਦਿੰਦੇ ਨੇ ਹਰ ਦਿਨ ਪਤਾ ਕੀ ਹਰ ਦਿਨ ਜ਼ਰੂਰੀ ਨਹੀਂ ਹੁੰਦਾ ਕਿ ਇੱਥੇ ਤੁਹਾਨੂੰ ਡੈਮੰਡ ਹੀ ਵੱਜਣ ਮੈਨੂੰ ਹਫ਼ਤੇ 'ਚ ਹੁਣ 4 ਵਾਰੀ 5 ਵਾਰੀ ਚੰਗੀ ਦਿਹਾੜੀ ਲੱਗ ਜਾਂਦੀ ਆ ਕਦੇ ਨਹੀਂ ਵੀ ਲੱਗਦੀ ਹੁਣ ਇਹਦਾ ਮਤਲਬ ਇਹ ਥੋੜ੍ਹੀ ਅਸੀਂ ਮਜਬੂਰੀ 'ਚ ਜਾ ਕੇ ਕੱਪੜੇ ਲਾਉਣੇ ਸ਼ੁਰੂ ਕਰ ਦਿੱਤੇ ਬਟ ਕੁਛ ਲੋਕ ਇੱਥੇ ਸਿਰਫ ਕਾਰ ਹੀ ਬਿਜ਼ਨਸ ਰਹੇ ਨੇ ਡੈਮੰਡ ਤੋਂ ਇਲਾਵਾ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਇੱਕ ਦਿਨ ਉਹਨਾਂ ਨੂੰ ਸ਼ੇਰ ਨਾ ਵੱਜੇ ਉਹਨਾਂ ਦੀ ਬੁੰਡ ਪਾਟ ਕੇ ਹੱਥ 'ਚ ਆਈ ਐਵੇਂ ਹੀ ਹੈ ਬਹੁਤ ਗੱਲਾਂ ਹੋ ਗਈਆਂ ਚਲੀਏ ਫਿਰ ਆਪਣੇ ਆਪਣੇ ਘਰ ਮੇਰੀ ਚਾਹ ਦਾ ਟਾਈਮ ਉਹ ਨਾਲ ਹੋ ਗਿਆ 3 ਵਜ ਗਏ ਨੇ 2:30 ਵਜਣੇ ਵੀ ਅਭੀ ਦੋਸਤ 15 ਮਿੰਟ ਬਾਕੀ ਹੈ ਮੇਰੇ ਦੋਸਤ ਬਿੱਲੀ ਕੇ ਗੋਸ਼ਤ ਆ ਮੇਰੇ ਕੋਲ ਸਾਰੇ ਛਾਪਰ ਨੇ ਮੇਰੇ ਦੋਸਤ ਬਹੁਤ ਠਰਕੀ ਠਰਕ ਝਾੜਦੇ ਨੇ ਮੇਰੇ ਤਾਂ ਨਹੀਂ ਝਾੜਦੇ ਕਹਿੰਦੇ ਤੈਨੂੰ ਵੇਖ ਕੇ ਸਾਡਾ ਪਾਟਦਾ ਜ਼ਰੂਰ ਹੈ ਕਰਦੇ ਗਲਤ ਗੱਲ ਨਹੀਂ ਮੇਰੇ ਨਾਲ ਕਰਦੇ ਮੇਰੇ ਨਾਲ ਪਿਆਰ ਕਰਦੇ ਨੂੰ ਸੱਚੇ ਵਾਲਾ ਪਿਆਰ ਕਰਦੇ ਆ ਮੇਰੇ ਨਾਲ ਗੰਦੀਆਂ ਖੱਚਾਂ ਮਾਰ ਲੈਣਗੇ ਗੱਲਾਂ ਕਰ ਲੈਣਗੇ ਬੰਦਿਆਂ ਨੂੰ ਇਹ ਹੁੰਦਾ ਤੇ ਜਨਾਨੀਆਂ ਨੂੰ ਇਹ ਹੁੰਦਾ ਤੇ ਉਹਦੀਆਂ ਗੱਲਾਂ ਗੰਦੀਆਂ ਹੋ ਜਾਣਗੀਆਂ ਬਟ ਮੈਨੂੰ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿ ਸਾਨੂੰ ਨੰਗੇ ਹੋ ਗਏ ਹੋਗਾ ਸਾਨੂੰ ਵੀਡੀਓ ਭੇਜ ਸਾਨੂੰ ਐਂ ਕਰੋ ਸਾਨੂੰ ਉਹ ਕਰੋ ਅੱਛੇ ਨੂੰ ਅੱਛਾ ਹੀ ਮਿਲਦਾ ਹੈ ਬੁਰੇ ਨੂੰ ਬੁਰਾ ਹੀ ਮਿਲਦਾ ਲੋਕਾਂ ਨੂੰ ਪਤਾ ਸਿਰਫ ਇੱਥੇ ਇੰਟਰਟੇਨ ਕਰਦੀ ਹੈ ਜੀਆ ਰੀਅਲ 'ਚ ਮੈਂ ਜਿਹੜੇ ਜਾਣਦੇ ਨੇ ਨਾ ਉਹਨਾਂ ਨੂੰ ਪਤਾ ਜੀਆ ਕਿੰਝਦੀ ਹੈ ਸੱਚੀ ਸਾਲਿਆ ਤੂੰ ਬਸ ਲਾਨੀ ਲਵਾਇਆ ਹੋਇਆ ਲੋਲ ਲੈਣੀ ਦੀ ਆ ਤੇਰੇ ਦਿਲ ਕੋਈ ਨਹੀਂ ਤੇਰੇ ਕੋਲ ਲੰਨ ਦੇ ਉੱਤੇ ਨਾ ਥੋੜ੍ਹਾ ਦਿਲ ਵੀ ਹੈ ਸਾਲਿਆ ਇਹਦੇ ਨਾਲ ਹੀ ਸੋਚ ਲਿਆ ਕਰੋ ਕਿ ਹਰ ਵੇਲੇ ਉਹੀ ਮੋਢੇ 'ਤੇ ਰੱਖਿਆ ਤੁਸੀਂ ਬਾਰ ਬਾਰ ਮੈਂ ਤੈਨੂੰ ਐਸਾ ਬਲੋਕ ਮਾਰੂ ਐਸਾ ਬਲੋਕ ਮਾਰੂ ਨਾ ਦੁਬਾਰਾ ਫਿਰ ਤੂੰ ਸਰਚ ਕਰ ਕਰਕੇ ਆਉਣਾ ਮੇਰੇ ਕੋਲ ਠੀਕ ਆ ਗਾਇਜ਼ ਅਭੀ ਟੋਪਿਕ ਚੇਂਜ ਕਰਤੇ ਹੈ ਠੀਕ ਹੈ ਅਸਲ ਤੇਰਾ ਗਾਇਜ਼ ਅਸੀਂ ਪਨਿਸ਼ਮੈਂਟ ਮੈਚ ਲਗਾਤੇ ਹੈ ਤੋ ਕਦੀ ਕਦੀ ਕਿਆ ਹੋਤਾ ਹੈ ਕਿ ਮੈਂ ਲੋਕੋਂ ਕੇ ਸਾਥ ਬਾਤੇਂ ਕਰਤੀ ਹੂੰ ਮੈਂ ਇਨਕੇ ਵਿਚਾਰ ਪੁੱਛਤੀ ਹੂੰ ਯੇ ਵਿਚਾਰ ਕਿਆ ਰੱਖਤੇ ਹੈ ਮੈਂ ਵਿਚਾਰ ਕਿਆ ਰੱਖਤੀ ਹੂੰ ਇਹਨਾਂ ਦੇ ਵਿਚਾਰ ਤੇ ਬਸ ਇੱਕੋ ਹੀ ਗੱਲ ਤੇ ਮੁੱਕਦੇ ਨੇ ਗਸਤੀ ਟੈਕਸੀ ਤੁਹਾਡੀ ਨੰਬਰ ਕਿਆ ਹੈ 42 44 41
ਮੇਰੇ ਬਾਰੇ ਮੈਂ ਇਹ ਵਿਚਾਰ ਰੱਖਤੇ ਹੈ ਔਰ ਮੈਂ ਇਹਨਾਂ ਨੂੰ ਇਹ ਪੁੱਛ ਰਹੀ ਹਾਂ, ਤੁਸੀਂ ਖੁਸ਼ ਜੇ ਖਾਣਾ ਖਾਧਾ ਜੇ, ਬੀਵੀ ਤੂੰ ਕਿੰਨਾ ਟਾਈਮ ਹੋ ਗਿਆ ਨਹੀਂ ਮਿਲੇ, ਕੋਈ ਦੋਸਤ ਲੱਭੀ ਅੱਜ, ਮਾਰੀ ਕਿ ਨਹੀਂ ਮਾਰੀ, ਅੱਜ ਲਈ ਕਿ ਨਹੀਂ ਗਈ। ਅਰੇ ਇਹ ਮੇਰੇ ਵਿਚਾਰ ਨੂੰ ਹੀ ਹੈ ਕਿ ਤਹਿ ਲਾ ਕੇ ਸਾਈਡ ਸੁਕਣੇ ਪਾ ਦੇ। ਅੱਜ ਹੱਸਣਾ ਬੜਾ ਔਖਾ ਹੈ ਮੇਰੇ, ਕੋਈ ਕਿਸੇ ਨੂੰ ਕੋਈ ਟਾਈਮ ਦੇ ਦਿੰਦਾ ਹੈ ਨਾ ਤਾਂ ਉਹਦਾ ਸ਼ੁਕਰ ਅਦਾ ਕਰਿਆ ਕਰੋ, ਅੱਛੇ ਦੋਸਤ ਬਣਾਓ ਬਸ, ਹੋਰ ਕੁਛ ਵੀ। ਮੈਂ ਤਾਂ ਇਹ ਗੱਲ ਕਰਾਂਗਾ, ਜਿਹੜਾ ਟਾਈਮ ਚੱਲਦਾ ਹੈ ਨਾ ਇਹਦੇ ਵਿੱਚ ਦੋਸਤ ਹੀ ਕੰਮ ਆਉਂਦੇ ਨੇ, ਇਹਦੇ ਵਿੱਚ ਠੋਕੂ ਨਹੀਂ ਕੰਮ ਆਉਂਦੇ। ਠੋਕੂ ਹੋ ਗਏ, ਠੋਕ ਠਾਕ ਕੇ ਸੋ ਸੂ ਜਾਂਦੇ ਨੇ, ਲੈ ਲੂ ਕੇ ਸੋ ਜਾਂਦੇ ਨੇ, ਦੋਸਤ ਹੀ ਕੰਮ ਆਉਂਦੇ ਨੇ। ਬੱਲੇ ਬਹੁਤ ਸੁੱਕੇ ਨੀਤੂ ਤੂੰ ਜ਼ਿੰਦਾ, ਮੈਂ ਤਾਂ ਸਾਲੀ ਮਰ ਗਈ ਤੂੰ। ਚਲੋ ਯਾਰ ਗਾਇਜ਼, ਆਪਣੀ ਵੀ ਹੁਣ ਚਾਹ ਦਾ ਟਾਈਮ ਹੋ ਗਿਆ, ਆਪਾਂ ਚਾਹ ਛਾਹ ਪੀ ਕੇ ਆਈਏ। ਜੇ ਕੋਈ ਪਿਆਰ ਮੁਹੱਬਤ ਨਾਲ ਘੋੜਾ ਸ਼ੇਰ ਮਾਰਨਾ ਚਾਹੁੰਦਾ ਤਾਂ ਮਾਰ ਦਿਓ, ਮੈਂ ਨਹੀਂ ਬੁਰਾ ਮਾਰਦਾ। ਬਾਈ ਲੈਵਲ ਦੇ ਲਈ ਸ਼ੇਅਰ ਮਾਰਿਆ, ਮੈਨੂੰ ਪਤਾ ਲੱਗ ਗਿਆ ਮੈਨੂੰ ਲੋਕ ਕਿੰਨਾ ਪਿਆਰ ਕਰਦੇ ਨੇ, ਭਾਵੇਂ ਉਹਨੇ ਵਿਚਾਰੇ ਨੇ ਸੈਲਰੀ 'ਚ ਲੈਗ ਮਾਰਿਆ, ਭਾਵੇਂ ਜੋਬ 'ਤੇ ਸੀ ਮਾਰਿਆ ਧਿਆਨ। ਬੋਸ ਬੋਸ ਬੈਠੇ ਹੋ, ਚਲੇ ਗਏ ਹੋ ਤੁਮ, ਬਹੁਤ ਖੂਬਸੂਰਤ ਹੋ। ਥੈਂਕ ਯੂ ਥੈਂਕ ਯੂ। ਅਭੀ ਤੁਮਨੇ ਟ੍ਰੇਲਰ ਦੇਖਾ ਹੈ? ਅਭੀ ਤੁਮਨੇ ਟ੍ਰੇਲਰ ਦੇਖਾ ਮੇਰੀ ਜਾਨ। ਮੈਂ ਦੁਬਈ ਕਾ ਨੰਬਰ ਭੇਜ ਦੇਤੀ ਹੂੰ, ਵੇਟ ਕਰੋ। ਦੁਬਈ ਕੇ ਨੰਬਰ ਕੇ ਉੱਪਰ ਕਿਆ ਮੇਰੀ ਫੋਟੋ ਲੱਗ ਕੇ ਆਏਗੀ? ਪਾਕਿਸਤਾਨ ਵਾਲੇ ਨੰਬਰ ਪੇ ਮੇਰੀ ਫੋਟੋ ਨਹੀਂ ਲੱਗੀ ਹੋਈ। ਚਲੋ ਯਾਰ ਠੀਕ ਹੈ, ਓਕੇ ਗਾਇਜ਼, ਠੀਕ ਹੈ, ਆਪਣਾ ਖਿਆਲ ਰੱਖਣਾ। ਹੁਣ ਮੈਂ ਚਾਹ ਪੀ ਲਾਂ ਅਤੇ ਫਿਰ ਮੈਂ ਬਾਅਦ